ਜਿਨ੍ਹਾਂ ਨੂੰ ਰੋਗ ਨਹੀਂ ਆ ਉਹਨਾਂ ਦਾ ਕੋਈ ਵੀ ਤਕਲੀਫ ਨਹੀਂ, ਪਰ ਇਸ ਬਿਮਾਰੀ ਦਾ ਰੋਗ ਜਿਨ੍ਹਾਂ ਨੂੰ ਲੱਗ ਜਾਂਦਾ ਹੈ ਅਰਲੀ ਟਾਈਮ ਦੇ ਵਿੱਚ ਉਹਨਾਂ ਦੀ ਦੇਖਭਾਲ ਹੋ ਸਕਦੀ ਹੈ, ਇਲਾਜ ਹੋ ਸਕਦਾ। ਕੁਛ ਸਮਾਂ ਬੀਤ ਜਾਵੇ ਫਿਰ ਇਲਾਜ ਬਹੁਤ ਮੁਸ਼ਕਲ ਹੁੰਦਾ, ਜੇ ਹੁੰਦਾ ਵੀ ਹੈ ਤਾਂ ਉਹਦੇ ਵਿੱਚੋਂ ਕਰਮਾਂ ਵਾਲੇ ਬੰਦੇ ਹੀ ਹੈ ਜਿਹੜੇ ਬਚਦੇ ਆ। ਸਾਰੇ ਬੰਦਿਆਂ ਨੂੰ ਮੇਰੀ ਅਪੀਲ ਇਹੀ ਹੈ ਕਿ ਆਪਣੀ ਪਹਿਲੀ ਬਿਮਾਰੀ ਨੂੰ ਚੰਗੇ ਤਰੀਕੇ ਦੇ ਨਾਲ ਕੰਟਰੋਲ ਕਰਨ ਦੇ ਵਾਸਤੇ ਇੱਕੋ ਹੀ ਚੀਜ਼ ਹੈ ਕਿ ਇਹਨੂੰ ਚੈੱਕਅਪ ਕਰਵਾਓ, ਚਾਹੇ ਹਸਪਤਾਲ ਜਾ ਕੇ ਕਰਵਾਓ ਜਾਂ ਇੰਨੀ ਸੇਵਾ ਕਰਦੇ ਆ ਇਹ, ਲੋਕਾਂ ਦੀ ਜਾਨ ਬਚਾਉਣ ਦੀ ਖਾਤਰ ਆਪਣਾ ਖਰਚਾ ਕਰ ਰਹੇ ਆ। ਮੈਂ ਤਾਂ ਇਹ ਕਹਾਂਗਾ ਕਿ ਇਸ ਸੁਵਿਧਾ ਦਾ ਪੂਰੀ ਫਾਇਦਾ ਉਠਾਉਣਾ ਚਾਹੀਦਾ ਅਤੇ ਸਾਰੇ ਜਿਹੜੇ ਲੋਕ ਬਾਅਦ ਦੇ ਵਿੱਚ ਕਿਸਮਤ ਨੂੰ ਦੋਸ਼ ਦਿੰਦੇ ਆ ਜਾਂ ਆਪਣਾ ਜਿੰਨਾ ਵੀ ਆਪਣੇ ਕੋਲ ਕੀਮਤੀ ਸ਼ਦਾਨਾ ਪੈਸਾ ਨਾ ਹੋਵੇ ਜਾਂ ਦੂਸਰਾ, ਉਹ ਸਾਰਾ ਵੇਸਟ ਕਰਦੇ ਆ। ਰਿਅਲੀ ਡਿਟੈਕਟ ਹੋ ਜਾਵੇ ਕਿ ਕੈਂਸਰ ਦਾ ਰੋਗ ਜਿਹੜਾ ਤਾਂ ਉਹਦਾ ਇਲਾਜ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ। ਇੰਗਲੈਂਡ ਵੀ ਇਹੀ ਹੈ, ਅਮੈਰੀਕਾ 'ਚ ਵੀ ਇਹੀ ਹੈ, ਕੈਨੇਡਾ 'ਚ ਵੀ ਇਹੀ ਹੈ। ਅਰਲੀ ਡਿਟੈਕਸ਼ਨ ਜਿਹੜੀ ਹੈ, ਦੁਨੀਆ ਦੇ ਕਿਸੇ ਕੋਨੇ ਚਲ ਜਾਓ ਇਹਦਾ ਇਲਾਜ ਹੈ ਕੈਂਸਰ। ਜਦੋਂ ਇੱਕ ਵਾਰੀ ਇਹ ਆਪਣੀਆਂ ਜੜ੍ਹਾਂ ਕਾਇਮ ਕਰ ਲਵੇ ਅੰਦਰ ਦੇ, ਫਿਰ ਉਹਦਾ ਇਲਾਜ ਬਹੁਤ ਮੁਸ਼ਕਲ ਹੋ ਜਾਂਦਾ। ਲੋਕ ਤੜਫਦੇ ਆ, ਜ਼ਿੰਦਗੀ ਦੀ ਭੀਖ ਮੰਗਦੇ ਆ, ਪਰਮਾਤਮਾ ਦੇ ਅੱਗੇ ਦੁਆਵਾਂ ਕਰਦੇ ਆ, ਕੁਛ ਫਾਇਦਾ ਨਹੀਂ ਹੋਦਾ। ਮੇਰਾ ਤਾਂ ਇਹੀ ਹੈ ਕਿ ਸਾਰਿਆਂ ਦੇ ਅੱਗੇ ਅਪੀਲ ਮੇਰੀ ਕਿ ਇਸ ਰੋਗ ਦੀ ਪਹਿਲਾਂ ਹੀ ਰੋਕਥਾਮ ਕੀਤੀ ਜਾਵੇ, ਉਹਦੇ ਅਰਜੀ ਰੀਸ ਹੋਈ। ਥੈਂਕ ਯੂ।